ਘਰ ਦੇ ਵਿੱਚ ਮੁੰਡੇ ਦੇ ਮਾਮੇ ਦੀ ਹੋਈ ਸੀ ਮੌਤ ਤਾਂ ਬਾਹਰੋਂ ਆਏ ਕੁਝ ਬਦਮਾਸ਼ਾਂ ਨੇ ਉਸ ਮੁੰਡੇ ਦੇ ਉੱਤੇ ਵੀ ਗੋਲੀਆਂ ਚਲਾ ਦਿੱਤੀਆਂ। ਦਰਅਸਲ ਗੋਲੀਆਂ ਚੱਲਣ ਦੇ ਨਾਲ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਹੈ ਤੇ ਲੁਧਿਆਣਾ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਦੋ ਧਿਰਾਂ ਦੇ ਵਿਚਕਾਰ ਪੁਰਾਣੀ ਰੰਜਿਸ਼ ਨੂੰ ਲੈ ਕੇ ਗੋਲੀਆਂ ਚੱਲੀਆਂ ਨੇ। ਕਿਹਾ ਜਾ ਰਿਹਾ ਕਿ ਕਰੀਬ 5 ਰਾਊਂਡ ਫਾਇਰ ਕੀਤੇ ਗਏ ਨੇ ਤੇ ਇੱਕ ਮੁੰਡਾ ਇਸ ਦੇ ਵਿੱਚ ਗੰਭੀਰ ਰੂਪ ਨਾਲ ਜ਼ਖਮੀ ਹੋਇਆ, ਜਦਕਿ ਲੜਕੇ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਹਲੇ ਉਹਨਾਂ ਦੇ ਘਰ ਦੇ ਵਿੱਚ ਜੋ ਮੁੰਡੇ ਦਾ ਮਾਮਾ ਹੈ ਉਸਦੀ ਮੌਤ ਹੋਈ ਸੀ, ਫੁੱਲ ਵੀ ਨਹੀਂ ਸੀ ਚੁੱਕੇ, ਪਰ ਇੰਨੇ ਦੇ ਵਿੱਚ ਕੁਝ ਬਦਮਾਸ਼ਾਂ ਨੇ ਆ ਕੇ ਉਹਨਾਂ ਦੇ ਘਰ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ। ਜਦੋਂ ਉਹਨਾਂ ਦਾ ਬੇਟਾ ਬਾਹਰ ਗਿਆ ਤਾਂ ਉਸਦੇ ਵੀ ਇੱਕ ਗੋਲੀ ਲੱਗੀ, ਜਿਸ ਦੇ ਕਾਰਨ ਉਹ ਵੀ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਤੇ ਉਸਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਮਾਮਲਾ ਕਿਸੇ ਪੁਰਾਣੀ ਰੰਜਿਸ਼ ਨੂੰ ਲੈ ਕੇ ਦੱਸਿਆ ਜਾ ਰਿਹਾ ਜਿਸ ਦੇ ਕਾਰਨ ਕੁਝ ਬਦਮਾਸ਼ਾਂ ਦੇ ਵੱਲੋਂ ਆ ਕੇ ਗੋਲੀਆਂ ਚਲਾਈਆਂ ਗਈਆਂ ਨੇ। ਕਿਹਾ ਜਾ ਰਿਹਾ ਕਿ 3 ਬਦਮਾਸ਼ ਮੌਕੇ ਦੇ ਉੱਤੇ ਪਹੁੰਚਦੇ ਨੇ, ਮੂੰਹ ਉਹਨਾਂ ਦੇ ਟਕੇ ਹੁੰਦੇ ਨੇ ਤੇ ਨਾਲ ਦੀ ਨਾਲ ਆਉਂਦੇ ਸਾਰ ਹੀ ਘਰ ਦੇ ਉੱਤੇ ਫਾਇਰਿੰਗ ਕਰ ਦਿੱਤੀ ਜਾਂਦੀ ਹੈ। ਹਾਲਾਂਕਿ ਉਹਨਾਂ ਦੇ ਘਰ ਦੇ ਵਿੱਚ ਪਹਿਲਾਂ ਤੋਂ ਹੀ ਕਿਸੇ ਦੀ ਮੌਤ ਹੋਈ ਪਈ ਹੈ, ਲੋਕਾਂ ਦਾ ਆਉਣਾ ਜਾਣਾ ਚੱਲ ਰਿਹਾ, ਲੋਕ ਦੁੱਖ ਵੰਡਾਉਣ ਦੇ ਲਈ ਪਹੁੰਚ ਰਹੇ ਨੇ, ਪਰ ਇੰਨੇ ਦੇ ਵਿੱਚ ਗੋਲੀਆਂ ਚਲਾ ਦੇਣ ਦੇ ਨਾਲ ਪਰਿਵਾਰ ਜੋ ਹੈ ਹੋਰ ਜ਼ਿਆਦਾ ਦੁਖੀ ਹੋਇਆ। ਤਾਂ ਦੂਜੇ ਪਾਸੇ ਪੁਲਿਸ ਵੀ ਹੁਣ ਮੌਕੇ ਦੇ ਉੱਤੇ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪਰ ਇੱਥੇ ਆਪਣੇ ਆਪ ਦੇ ਵਿੱਚ ਸਵਾਲ ਇਹ ਖੜਾ ਹੁੰਦਾ ਹੈ ਕਿ ਚੋਣ ਜ਼ਾਬਤਾ ਲੱਗੀ ਹੋਈ ਹੈ, ਪਰ ਅਜਿਹੇ ਦੇ ਵਿੱਚ ਹਥਿਆਰ ਜੋ ਨੇ ਉਹ ਥਾਣਿਆਂ ਦੇ ਵਿੱਚ ਜਮ੍ਹਾਂ ਹੁੰਦੇ ਨੇ, ਪਰ ਕਿਹੜੇ ਹਥਿਆਰਾਂ ਦੇ ਨਾਲ ਇਹ ਫਾਇਰਿੰਗ ਕੀਤੀ ਗਈ ਹੈ ਇਹ ਵੀ ਆਪਣੇ ਆਪ ਦੇ ਵਿੱਚ ਦੇਖਣਾ ਕਾਫੀ ਦਿਲਚਸਪ ਹੋਵੇਗਾ, ਕਿਉਂਕਿ ਜੇਕਰ ਨਜਾਇਜ਼ ਹਥਿਆਰ ਨੇ ਤਾਂ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਕਿ ਪੁਲਿਸ ਨੂੰ ਵੀ ਹੱਥਾਂ ਪੈਰਾਂ ਦੀ ਪੈ ਸਕਦੀ ਹੈ, ਕਿਉਂਕਿ ਨਜਾਇਜ਼ ਹਥਿਆਰ ਦੇ ਨਾਲ ਜੇਕਰ ਗੋਲੀ ਚੱਲੀ ਹੈ ਤਾਂ ਆਖਰ ਉਹ ਹਥਿਆਰ ਆਏ ਕਿੱਥੋਂ ਨੇ, ਇਹ ਵੀ ਵੱਡਾ ਸਵਾਲ ਖੜਾ ਹੁੰਦਾ ਹੈ। ਤਾਂ ਲੁਧਿਆਣਾ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਪੁਰਾਣੀ ਰੰਜਿਸ਼ ਨੂੰ ਲੈ ਕੇ ਦੋ ਧਿਰਾਂ ਦੇ ਵਿਚਕਾਰ ਗੋਲੀਆਂ ਚੱਲੀਆਂ ਨੇ ਤੇ ਪੁਲਿਸ ਦੇ ਵੱਲੋਂ ਹੁਣ ਮੌਕੇ 'ਤੇ ਜਾ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਆਲੇ ਦੁਆਲੇ ਲੱਗੀ CCTV ਫੁਟੇਜ ਵੀ ਖੰਗਾਲੀ ਜਾ ਰਹੀ ਹੈ। ਇੱਥੇ ਸਾਨੂੰ ਥੋੜ੍ਹੀ ਦੇਰ ਪਹਿਲਾਂ ਇਨਫੋਰਮੇਸ਼ਨ ਮਿਲੀ ਹੈ ਕਿ ਕੋਈ ਦੋ ਪਾਰਟੀਜ਼ ਦੀ ਆਪਸ 'ਚ ਲੜਾਈ ਹੋਈ ਹੈ ਅਤੇ ਇੱਥੇ ਫਾਇਰਿੰਗ ਦਾ ਇੰਸੀਡੈਂਟ ਹੋਇਆ ਉਹਨਾਂ ਦਾ। ਕਿੰਨੇ ਫਾਇਰ ਹੋਏ ਨੇ ਜੀ ਇੱਥੇ? ਫਾਇਰ ਹੋਣਾ ਤਕਰੀਬਨ 2 ਜਾਂ 3 ਫਾਇਰ ਦਾ ਐਸਟੀਮੇਟ ਚੱਲ ਰਿਹਾ ਵੀ ਇੱਥੇ ਹੋਏ ਨੇ, ਬਾਕੀ ਅਸੀਂ ਇਨਵੈਸਟੀਗੇਸ਼ਨ ਕੰਟੀਨਿਊਡ ਹੈ। ਲੜਾਈ ਦਾ ਜਿਹੜੇ ਦੋਵੇਂ ਪਾਰਟੀ ਦੇ ਬੰਦੇ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਬੰਦੇ ਅਰੈਸਟ ਕੀਤੇ ਜਾਣਗੇ ਸਾਰੇ। ਕਿੰਨੇ ਬੰਦੇ ਇੰਜਰਡ ਨੇ? ਹਾਂ, ਫਿਲਹਾਲ ਅਸੀਂ ਸਾਰੀ ਡਿਟੇਲ ਗੈਦਰ ਕਰ ਰਹੇ ਹਾਂ, ਅਸੀਂ ਜਸਟ ਮੌਕੇ 'ਤੇ ਆਏ ਹਾਂ, ਹੁਣੇ ਇਨਫੋਰਮੇਸ਼ਨ ਵੀ ਜਸਟ ਆਈ ਹੈ, ਤਾਂ ਸਾਰੀ ਇਨਫੋਰਮੇਸ਼ਨ ਗੈਦਰ ਕਰਕੇ ਤੁਹਾਨੂੰ ਅਪਡੇਟ ਕਰਦਾ। ਕੀ ਕਾਰਨ ਸੀ ਲੜਾਈ ਦਾ ਜੀ? ਕਾਰਨ ਉਹੀ ਹਲੇ ਸਾਰਾ ਤੁਹਾਨੂੰ ਐਜ਼ ਅਸੀਂ ਦੱਸਿਆ ਕਿ ਹਲੇ ਬੰਦੇ ਫੜਨੇ ਬਾਕੀ ਨੇ, ਕਾਰਨ ਜਦੋਂ ਅਸੀਂ ਫੜ ਲਾਂਗੇ ਉਹਨਾਂ ਦੀ ਇੰਟੈਰੋਗੇਸ਼ਨ 'ਚ ਜ਼ਿਆਦਾ ਕਲੀਅਰ ਹੋਣਗੇ। ਹਲੇ ਫਿਲਹਾਲ ਦੇ ਦੋ ਗਰੁੱਪਸ ਦੀ ਜਿਵੇਂ ਲੜਾਈ ਆਪਸ 'ਚ ਦੱਸੀ ਜਾ ਰਹੀ ਹੈ। ਚੋਣਾਂ ਨੂੰ ਲੈ ਕੇ ਤਾਂ ਨਹੀਂ ਹੈਗੀ ਕੋਈ ਪਾਰਟੀ ਦੀ ਲੜਾਈ? ਫਿਲਹਾਲ ਇਸ ਟਾਈਪ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਵੀ ਚੋਣਾਂ ਜਾਂ ਪਾਰਟੀਬਾਜ਼ੀ ਦੀ, ਹਲੇ ਇੱਦਾਂ ਦਾ ਕੁਝ ਸਾਹਮਣੇ ਨਹੀਂ ਆਇਆ ਜੋ ਸਾਡੀ ਪ੍ਰੀਲੀਮੀਨਰੀ ਇਨਕੁਆਇਰੀ ਹੈ, ਬਾਕੀ ਡਿਟੇਲਡ ਫੈਕਟਸ ਅੱਗੇ ਕਲੀਅਰ ਹੋ ਹੀ ਜਾਣਗੇ ਸਾਡੀ ਇਨਵੈਸਟੀਗੇਸ਼ਨ। ਹਲੇ ਤੱਕ ਬੰਦੇ ਆਈਡੈਂਟੀਫਾਈ ਕੀਤੇ ਜਾ ਰਹੇ ਨੇ ਜੀ, ਹਲੇ ਅਸੀਂ ਉਹ 'ਤੇ ਵਰਕ ਕਰ ਰਹੇ ਹਾਂ, ਜਿਵੇਂ ਹੀ ਅੱਗੇ ਕੁਛ ਹੁੰਦਾ ਉਹ ਅਪਡੇਟ ਅੱਗੇ ਕਰਦੇ ਰਹੋਗੇ। ਹਲੇ ਇਸ ਟਾਈਪ ਦੀ ਮੇਰੇ ਧਿਆਨ 'ਚ ਨਹੀਂ ਆਈ ਇਹ ਗੱਲ, ਮੈਂ ਚੈੱਕ ਕਰ ਲੈਂਦਾ ਜੋ ਤੁਸੀਂ ਕਰ। ਸਰ ਇੰਜਰਡ ਹੈਗਾ ਕੋਈ? ਇੰਜਰਡ ਹੈ, ਉਹ ਸਾਨੂੰ ਇੰਨਾ ਪਤਾ ਲੱਗਿਆ, ਪਰ 1 ਜਾਂ 2 ਬੰਦੇ ਉਹ ਕਨਫਰਮ ਕਰਨਾ। ਸਰ ਵੈਪਨ ਸੀਗੇ ਜਿਵੇਂ ਚੋਣ ਜ਼ਾਬਤਾ ਲੱਗਿਆ ਹੋਇਆ, ਕੋਈ ਇਹ ਵੀ ਲੱਗਦਾ ਵੀ ਵੈਪਨ ਦੀ ਲਾਇਸੈਂਸੀ ਹੋਣਗੀ? ਉਹੀ ਮੈਂ ਕਹਿ ਰਿਹਾ ਜੀ, ਚੈੱਕ ਕਰਾਂਗੇ ਜਦੋਂ ਇਹ ਬੰਦਾ ਫੜ ਕੇ ਨੈਪ ਕਰਾਂਗੇ, ਉਹ ਤੋਂ ਚੈੱਕ ਕਰਾਂਗੇ ਵੀ ਲਾਇਸੈਂਸੀ ਅਸਲਾ ਸੀ ਜਾਂ ਫਿਰ ਅਵੈਧ ਨਜਾਇਜ਼ ਅਸਲਾ ਸੀਗਾ, ਫਿਰ ਉਸ ਹਿਸਾਬ ਨਾਲ ਅਕੋਰਡਿੰਗਲੀ ਕਾਰਵਾਈ ਕੀਤੀ ਜਾਊ। ਟੋਟਲ ਫਾਇਰ ਕਿੰਨੇ ਕੀਤੇ ਜਾਣਗੇ? 2 ਜਾਂ 3 ਦਾ ਐਸਟੀਮੇਟ ਹੈ ਟੋਟਲ ਫਾਇਰ। CCTV ਵੀ ਮਿਲੀ ਹੈ? CCTV ਕੈਮਰਾਜ਼ ਹੈਗੇ ਆਲੇ ਦੁਆਲੇ, ਅਸੀਂ ਉਹਨਾਂ ਦੀ ਫੁਟੇਜ ਕਢਾ ਰਹੇ ਹਾਂ,
ਉਹਨਾਂ 'ਚੋਂ ਬੰਦੇ ਆਈਡੈਂਟੀਫਾਈ ਕਰਕੇ ਫਿਰ ਉਹਨਾਂ ਨੂੰ ਅਰੈਸਟ ਕਰਨ ਲਈ ਟੀਮਾਂ ਅਸੀਂ ਫੋਰਮ ਕਰ ਰਹੇ। ਕੋਈ ਪੁਰਾਣੀ ਰੰਜਿਸ਼ ਹੈ ਜਾਂ ਕੋਈ ਆਪਸੀ ਕੋਈ ਗਰੁੱਪੀਡਿਜ਼ਮ? ਮੈਂ ਆਲਰੇਡੀ ਜਿਵੇਂ ਕਿ ਬਰੀਫ ਕੀਤਾ ਵੀ ਕਲੀਅਰ ਨਹੀਂ ਹੈ ਹਜੇ, ਹਲੇ ਬੰਦੇ ਫੜ ਕੇ ਜ਼ਿਆਦਾ ਕਲੀਅਰ ਹੋਊਗਾ ਇੰਟਰਵਿਊ। ਕਾਰਨ ਉਹੀ ਅਸੀਂ ਤਾਂ ਸਵੇਰ ਦੇ ਪੁਲਿਸ, ਮੇਰੇ ਘਰ ਡੈਥ ਹੋਈ ਆ ਮੇਰੇ ਸਾਲੇ ਦੀ, ਅਸੀਂ ਕੱਲ੍ਹ ਫੁੱਲ ਚੁੱਕ ਕੇ ਆਏ ਹਾਂ, ਅਸੀਂ ਕੀਰਤਪੁਰ ਸਾਹਿਬ ਜਾਣਾ ਵਾ ਫੁੱਲ ਉਤਾਰਨ ਵਾਸਤੇ, ਸਾਰੇ ਸਾਡੇ ਘਰ ਮਿਲਣ ਵਾਸਤੇ ਆ ਰਹੇ ਆ, ਕੋਈ ਆ ਰਿਹਾ ਕੋਈ ਜਾ ਰਿਹਾ ਵਾ, ਸਾ ਤਾਂ ਪਤਾ ਹੀ ਨਹੀਂ। ਇੱਧਰੋਂ ਆਏ ਗੱਡੀ ਦੇ ਵਿੱਚ, ਪਹਿਲੇ ਤਿੰਨ ਫੈਰ ਕੀਤੇ ਖੜ ਕੇ, ਫਿਰ ਇਹਨਾਂ ਨੇ ਘਰ ਵੱਲ ਨੂੰ ਮੇਰੇ ਵੱਲ ਨੂੰ ਆਉਂਦੇ ਉੱਥੇ ਗੋਲੀਆਂ ਮਾਰਤੀਆਂ। ਮੰਮੀ ਜਾ ਕੇ ਸਡੋਨੂੰ, ਮੈਂ ਕਿਹਾ ਉਹ ਜੋਨੀ ਬਾਜਾਂ ਦਿੰਦਾ, ਪਰ ਉਹ ਗੋਲੀਆਂ ਮਾਰ ਕੇ ਉਹ ਮੇਰੇ ਨੂੰ ਵੀ ਮਾਰਨ ਲੱਗਾ ਸੀ, ਪਰ ਮੈਂ ਜਦੋਂ ਭੱਜ ਆਇਆ ਫਿਰ ਉਹ ਇਹ ਤਿੰਨ ਜਾਣੇ ਮੈਂ ਅੱਖੀ ਦੇਖੇ ਆਈ, ਇੱਕ ਗੋਲਡੀ ਕਾਲੀ ਡੀਜ਼ਲ ਅਤੇ ਜੋਨੀ, ਬਾਕੀ ਹੋਰ ਹੁਣ ਜਦੋਂ ਸਿਰ 'ਤੇ ਪਈ ਹੋਵੇ ਨਹੀਂ ਪਤਾ ਲੱਗਦਾ। ਅਤੇ ਮੇਰੇ ਬੇਟੇ 'ਤੇ ਲੱਗੀ ਆਈ ਗੋਲੀ, ਉਹਦੇ ਦੋ ਲੱਗੀਆਂ, ਇੱਕ ਇੱਥੇ ਲੱਗੀ ਇੱਕ ਬਾਂਹ 'ਚ ਲੱਗੀ। ਫਾਇਰ ਕਿੰਨੇ ਹੋਏ ਜੀ? ਫਾਇਰ ਤਾਂ 6-7 ਕੀਤੇ ਆ ਜੀ, ਫਾਇਰ ਬਹੁਤ ਕੀਤੇ ਉਹਨਾਂ ਨੇ। ਕਿਹੜਾ ਏਰੀਆ ਪੈਂਦਾ ਜੀ? ਇਹ ਅਬਦੁੱਲਾਪੁਰ ਬਸਤੀ ਦੇ ਫਾਟਕ। ਅਤੇ ਹੁਣ ਮੌਕੇ ਦੇ ਪੁਲਿਸ ਆਈ? ਮੌਕੇ 'ਤੇ ਪ੍ਰਸ਼ਾਸਨ ਮੌਕੇ 'ਤੇ ਆਇਆ ਜਦੋਂ ਗੋਲੀ ਚੱਲ ਗਈ, ਜਦੋਂ ਮੈਂ ਰਾਤ ਦਾ ਰੌਲਾ ਪਾ ਰਿਹਾ ਪਰ ਰਾਤ ਦਾ ਕੋਈ ਨਹੀਂ ਆਇਆ। ਅਤੇ ਹੁਣ ਕਿਸੇ ਨੂੰ ਅਰੈਸਟ ਕੀਤਾ ਪੁਲਿਸ ਵੱਲੋਂ? ਕਿਸੇ ਨੇ ਕੋਈ ਅਰੈਸਟ ਨਹੀਂ ਕੀਤਾ ਅਜੇ ਤੱਕ, ਸਭ ਉਵੇਂ ਚਲ ਗਏ ਆ ਘਰੇ। ਮੈਂ ਕਿਹਾ ਵੀ, ਮੈਂ ਕਿਹਾ ਚਲੋ ਮੈਂ ਨਾਲ ਚੱਲਦਾ, ਮੈਂ ਤੁਹਾਨੂੰ ਫੜਾਉਣਾ ਵਾ ਬੰਦੇ, ਪਰ ਕਿਸੇ ਨੇ ਮੇਰੇ ਨਾਲ ਨਹੀਂ ਕੋਈ ਗਿਆ। ਬਾਕੀ ਅਸੀਂ ਇਹੀ ਮੰਗ ਕਰਦੇ ਤੇ ਇਹਨਾਂ ਨੂੰ ਗੁੰਡਿਆਂ ਨੂੰ ਫੜਿਆ ਜਾਵੇ ਅਤੇ ਸਾਨੂੰ ਜਿਹੜਾ ਇਨਸਾਫ ਦਿੱਤਾ ਜਾਵੇ। ਪਹਿਲਾਂ ਵੀ ਕਦੀ ਇੱਦਾਂ ਹੋਇਆ ਵੀ ਨਹੀਂ? ਕਦੀ ਨਹੀਂ ਹੋਇਆ ਜੀ, ਕਦੀ ਨਹੀਂ ਹੋਇਆ।